ਨੌਜਵਾਨਾਂ ਵੱਲੋਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਚੰਗੇ ਪ੍ਰੋਡਕਟਸ ਦੀ ਵਰਤੋਂ ਕਰਨੀ ਚਾਹੀਦੀ ਹੈ। ਨਕਲੀ ਪ੍ਰੋਡਕਟ ਸਿਹਤ ਲਈ ਹਾਨੀਕਾਰ ਸਿੱਧ ਹੋ ਰਹੇ ਹਨ, ਜਿਸ ਨਾਲ ਕਈ ਨੌਜਵਾਨਾਂ ਦੀ ਮੌਤ ਵੀ ਹੋ ਚੁੱਕੀ ਹੈ। ਮੋਰਿੰਡਾ ਵਿੱਚ ਨਵੇਂ ਖੋਲ੍ਹੇ ਗਏ ਦੀਪਕ ਛਾਬੜਾ ਵੱਲੋਂ ਅਲਟੀਮੇਟ ਡ੍ਰੀਮਰ ਸਪਲੀਮੈਂਟ ਸਟੋਰ ਦਾ ਉਦਘਾਟਨ ਨੇਹਾ ਸਿੰਘ ਅਤੇ ਪ੍ਰੀਤੀ ਸਿੰਘ ਨੇ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਹੋਏ। ਨੇਹਾ ਸਿੰਘ ਅਤੇ ਪ੍ਰੀਤੀ ਸਿੰਘ ਨੇ ਕਿਹਾ ਕਿ ਕਈ ਨੌਜਵਾਨ ਘਟੀਆ ਸਪਲੀਮੈਂਟ ਖਾ ਕੇ ਆਪਣੇ ਸਰੀਰ ਨੂੰ ਜਲਦੀ ਤੰਦਰੁਸਤ ਬਣਾਉਣ ਲਈ ਸੋਚਦੇ ਹਨ, ਪਰ ਉਲਟਾ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਨੌਜਵਾਨਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਵਧੀਆ ਕੰਪਨੀ ਦੇ ਸਪਲੀਮੈਂਟ ਖਾਣ ਅਤੇ ਚੰਗੇ ਕੋਚ ਦੇ ਦੱਸਣ ਅਨੁਸਾਰ ਕਸਰਤ ਕਰਨ। ਕਸਰਤ ਕਰਨ ਤੁਹਾਨੂੰ ਸਾਰਿਆਂ ਨੂੰ ਅਸੀਂ ਇੱਕ ਚੀਜ਼ ਦੱਸਣਾ ਚਾਹੂੰਗਾ। ਐਕਚੁਅਲੀ ਕਿਆ ਇਸ ਟਾਈਮ ਫਿਟਨੈਸ ਇੰਡਸਟਰੀ ਵਿੱਚ ਸਪਲੀਮੈਂਟਸ ਬਹੁਤ ਜ਼ਿਆਦਾ ਗਰੋ ਕਰ ਰਿਹਾ। ਹਰ ਬੰਦਾ ਚਾਹੁੰਦਾ ਹੈ ਕਿ ਮੈਂ ਸਪਲੀਮੈਂਟਸ ਖਾਵਾਂ, ਬੋਡੀ ਬਣਾਵਾਂ, ਬਟ ਇੱਕ ਚੀਜ਼ ਹੈ ਉਹ ਦੋ ਚੀਜ਼ਾਂ ਨੂੰ ਪ੍ਰਿਲੈਕਟ ਕਰ ਰਹੇ ਹਾਂ। ਪਹਿਲੀ ਚੀਜ਼ ਸਪਲੀਮੈਂਟ ਜੈਨੂਇਨ ਹੋਣਾ ਬਹੁਤ ਜ਼ਰੂਰੀ ਹੈ, ਔਰ ਦੂਸਰੀ ਚੀਜ਼ ਉਹ ਸਪਲੀਮੈਂਟ ਤੁਸੀਂ ਕਿੱਥੋਂ ਲੈ ਰਹੇ ਹੋ ਇਹ ਵੀ ਮੇਰੇ ਨਾਲ ਬਹੁਤ ਜ਼ਰੂਰੀ ਹੈ। ਸਭ ਤੋਂ ਵੱਡੀ ਗੱਲ ਹੈ ਕੰਪਨੀ, ਕਿਉਂਕਿ ਕੰਪਨੀ ਦਾ ਫਿਰ ਕੀ ਹੈ ਐਕਚੁਅਲੀ ਜਿਹੜਾ ਤੁਸੀਂ ਸਪਲੀਮੈਂਟ ਲਓਗੇ ਉਸ ਵਿੱਚ ਇੱਕ ਤਾਂ ਸਟੀਰਾਇਡ ਨਹੀਂ ਹੋਣਾ ਚਾਹੀਦਾ, ਦੂਸਰੀ ਚੀਜ਼ ਉਹ ਗਲੂਟਨ ਫ੍ਰੀ ਹੋਣਾ ਚਾਹੀਦਾ। ਔਰ ਇਹੀ ਚੀਜ਼ ਸਾਡੇ ਐਕਸਲੈਂਟ ਨਿਊਟ੍ਰੀਸ਼ਨ ਵਿੱਚ ਹੈ। ਕੋਈ ਵੀ ਬ੍ਰਾਂਡ ਤੁਸੀਂ ਲੈ ਲਓ, ਟੈਸਟੋ ਐਕਸ ਹੈ, ਟੈਸਟੋਸਟੇਰੋਨ ਬੂਸਟਰ ਹੈ, ਬਿਲਕੁਲ ਨੈਚੁਰਲ ਹੈ, ਰੈਗੂਲਸ ਹੈ, ਅਸ਼ਵਗੰਧਾ ਹੈ, ਤੁਸੀਂ ਬਾਕੀ ਲਓ, ਟੈਸਟੋਸਟੇਰੋਨ ਇੰਜੈਕਸ਼ਨ ਆਉਂਦੇ ਆ ਲੇਕਿਨ ਉਹ ਨਹੀਂ ਲੈਣੇ ਚਾਹੀਦੇ, ਬਿਕੋਜ਼ ਵਿਦ ਦ ਟੈਸਟੋਸ ਆਫ ਏਜ ਉਹ ਤੁਹਾਡੀ ਨਰਵਸ ਇਫੈਕਟ ਕਰਦੇ ਆ, ਤੁਹਾਡੇ ਮਸਕੂਲਰ ਸਕਲੇਟਸ ਤੋਂ ਇਫੈਕਟ ਕਰਦੇ ਆ, ਤੁਹਾਡਾ ਸਕਲੇਟਲ ਸਿਸਟਮ ਇਫੈਕਟ ਕਰਦੇ ਆ, ਬਿਕੋਜ਼ ਆਸਟੀਓਆਰਥਰਾਈਟਿਸ ਦੀ ਪ੍ਰੋਬਲਮ ਹੋ ਸਕਦੀ ਹੈ। ਸਟੋਨਸ ਬਣ ਜਾਂਦੇ ਆ ਜੋ ਬੰਦੇ ਮਾਸ ਗੈਂਡਰ ਖਾਂਦੇ ਆ, ਇੱਕ ਨਕਲੀ ਕੰਪਨੀ ਦੇ ਜੋ ਲੋਕਲ ਕਿਸੇ ਅੱਛੇ ਬੋਡੀ ਬਿਲਡਰ ਨੂੰ ਸਪੋਂਸਰ ਕਰ ਲੈਂਦੇ ਆ ਕਿ ਯਾਰ ਇਹ ਬੰਦਾ ਠੀਕ ਹੈ ਸਾਡਾ ਬ੍ਰਾਂਡ ਵਿਕਵਾ ਦੇਗਾ, ਲੇਕਿਨ ਜੋ ਬ੍ਰਾਂਡ ਐਬਸੋਲਿਊਟ ਟ੍ਰੈਡੀਸ਼ਨ ਦੇ ਰਿਹਾ ਹੈ, ਜੋ ਬ੍ਰਾਂਡ ਜੋ ਜੈਨੂਇਨ ਇਹਨਾਂ ਦੇ ਬ੍ਰਾਂਡਸ ਹੈ, ਮੈਨੂੰ ਨਹੀਂ ਲੱਗਦਾ ਕਿਤੇ ਹੋਰ ਹੋਇਆ। ਔਥੈਂਟਿਸਿਟੀ ਸੈਕਿੰਡ ਟੂ ਮੈਂ ਤੁਹਾਨੂੰ ਦੱਸਿਆ, ਔਥੈਂਟਿਸਿਟੀ ਬਹੁਤ ਮੈਟਰ ਕਰਦੀ ਹੈ। ਤੁਸੀਂ ਕੋਈ ਵੀ ਪ੍ਰੋਡਕਟ ਖਾਓ, ਇਹਨਾਂ ਦਾ ਕੋਈ ਪ੍ਰੋਡਕਟ ਲਓਗੇ, ਹਰੇਕ ਦੇ ਉੱਪਰ ਇੱਕ ਕੋਡ ਹੁੰਦਾ, ਤੁਸੀਂ ਉਹ ਕੋਡ SMS ਕਰ ਸਕਦੇ ਹੋ ਜਾਂ ਤੁਸੀਂ ਪਾਸਪੋਰਟ ਸਕੈਨ ਕਰ ਸਕਦੇ ਹੋ। ਬਿਲਕੁਲ ਜੈਨੂਇਨ ਪ੍ਰੋਡਕਟ ਹੈ, ਬਿਲਕੁਲ ਜੈਨੂਇਨ ਪ੍ਰੋਡਕਟ ਫਰੈਂਡਸ, ਡੂ ਟ੍ਰਸਟ ਮੀ। ਕੋਈ ਵੇ ਪ੍ਰੋਟੀਨ ਲੈ ਲਓ, ਕੋਈ ਮਾਸ ਗੰਡਰ ਲੈ ਲਓ, ਕੋਈ ਕ੍ਰੀਟਾਇਨ ਲੈ ਲਓ, ਕੋਈ ਟੈਸਟ ਬੂਸਟ ਲੈ ਲਓ, BCAA ਲੈ ਲਓ, ਲੇਕਿਨ ਉਹ ਇੱਕ ਅੱਛੀ ਕੰਪਨੀ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਸਭ ਨੂੰ ਇੱਕ ਚੀਜ਼ ਜ਼ਰੂਰ ਅਵੇਅਰ ਕਰਾਂਗਾ, ਕੋਈ ਵੀ ਪ੍ਰੋਡਕਟ ਲਓ, ਜੈਨੂਇਨ ਲਓ, ਔਰ ਡੂ ਟ੍ਰਾਈ ਐਬਸੋਲਿਊਟ ਨਿਊਟ੍ਰੀਸ਼ਨ। ਇੱਕ ਵਾਰ ਟ੍ਰਾਈ ਕਰਕੇ ਦੇਖੋ, ਮੇਰੇ ਫਰੈਂਡ ਬਿਲੀਵ ਮੀ, ਤੁਸੀਂ ਦੁਬਾਰਾ ਜ਼ਰੂਰ ਲਓਗੇ। ਸਰ, ਕਈ ਨੌਜਵਾਨ ਪੈਸੇ ਦੇ ਲਾਲ ਵਿੱਚ ਘਟੀਆ ਮਟੀਰੀਅਲ ਖਾਂਦੇ ਆ ਤੇ ਉਹਨਾਂ ਦੀ ਕਈਆਂ ਦੀ ਮੌਤ ਵੀ ਹੋਈ ਹੈ, ਕੀ ਕਾਰਨ ਆ ਉਹਨਾਂ 'ਚ? ਮੌਤ ਹੋਣ ਦੇ ਕਾਰਨ ਕਾਫੀ ਹੁੰਦੇ ਐਕਚੁਅਲੀ, ਸਾਡੇ ਕਹਿੰਦੇ ਕਿ ਸਾਡੀ ਬੋਡੀ ਜਲਦੀ ਤੋਂ ਜਲਦੀ ਬਣ ਜਾਂਦੀ। ਜੋ ਅੱਛੇ ਬ੍ਰਾਂਡ ਹੁੰਦੇ ਆ ਉਹਨਾਂ ਨੂੰ ਟਾਈਮ ਲੱਗਦਾ ਇੱਕ ਬੋਡੀ ਨੂੰ ਸਟਰਕਚਰ ਨੂੰ ਤਿਆਰ ਕਰਨ ਲਈ। ਤੁਸੀਂ ਪ੍ਰੋਫੈਸ਼ਨਲ ਬੋਡੀਬਿਲਡਰ ਦੇਖੋ, ਜੋ ਇਸ ਕੰਪਨੀ ਦੇ ਸਪੋਂਸਰ ਕੀਤੇ ਸਾਡੇ ਸੰਗਰਾਮ ਚੁਗਲੇ ਜੀ ਹੈ, ਤੁਸੀਂ ਉਹਨਾਂ ਦੇ ਬਿਫੋਰ ਦੇਖੋ, ਬੋਡੀ ਬਿਲਡਿੰਗ ਸਟਾਰਟ ਕਰਨ ਤੋਂ ਪਹਿਲਾਂ ਉਹ ਸਾਡੇ ਵਰਗੇ ਸੀਗੇ, ਉਹਨਾਂ ਮੁੰਡਿਆਂ ਵਰਗੀ ਇਹ ਜਿਹੜੇ ਬੋਡੀ ਬਣਾਉਣਾ ਚਾਹੁੰਦੇ ਆ, ਲੇਕਿਨ ਉਹਨਾਂ ਨੇ ਇੱਕ ਅੱਛੀ ਡਾਇਟ ਇਨਵੋਲਵ ਕੀਤੀ, ਅੱਛੀ ਕੋਚ ਤੋਂ ਟ੍ਰੇਨਿੰਗ ਲਈ, ਔਰ ਅੱਛੇ ਸਪਲੀਮੈਂਟਸ ਲਏ, ਉਹ ਸਪਲੀਮੈਂਟ ਜੈਨੂਇਨ ਲਏ, ਕੋਈ ਕਿਸੇ ਹੋਰ ਬੋਡੀ ਬਿਲਡਰ ਮਦਰ ਲਾ ਕੇ ਨਹੀਂ ਲਏ। ਚਲੋ ਠੀਕ ਹੈ, ਅੱਛਾ ਸਪਲੀਮੈਂਟ ਆ, ਤੁਸੀਂ ਲੈ ਲਓ। ਮੌਤਾਂ ਹੋਣ ਦਾ ਕਾਰਨ ਕੀ ਹੋਇਆ? ਮੌਤਾਂ ਹੋਣ ਦਾ ਕਾਰਨ ਕੀ ਹੈ? ਜਿਹੜਾ ਨਕਲੀ ਸਪਲੀਮੈਂਟਸ ਹੈ, ਜੋ ਅਥੈਂਟਿਕ ਨਹੀਂ ਹੈ, ਜੈਨੂਇਨ ਨਹੀਂ ਹੈ, ਜਿਹੜੇ ਅੰਦਰ ਸਟੀਰੋਇਡਸ ਮਿਲ ਗਏ। ਸਟੀਰੋਇਡਸ ਡਾਕਟਰ ਦੀ ਗਾਈਡੈਂਸ ਦੇ ਅੰਡਰ ਲਿਆ ਜਾਣ, ਉਹ ਹੈਲਥ ਸੇਵਿੰਗ ਡਰੱਗਸ ਹੈ, ਲੇਕਿਨ ਅਗਰ ਡਾਕਟਰ ਦੀ ਗਾਈਡੈਂਸ ਅੰਡਰ ਲਿਆ ਜਾਣ ਤੋਂ, ਲੇਕਿਨ ਜਦ ਤੁਸੀਂ ਕਿਸੇ ਹੋਰ ਕੋਚ ਦੇ ਮਗਰ ਲੱਗ ਕੇ ਸਪਲੀਮੈਂਟਸ ਲੈ ਲੈਂਦੇ ਹੋ, ਬੋਡੀ ਇਫੈਕਟ ਕਰਦਾ, ਪਤਲੀਆਂ ਹੋ ਜਾਂਦੀਆਂ, ਤੁਹਾਡੀ ਆਰਟਰੀਜ਼ ਬਲੋਕ ਕਰ ਦਿੰਦੀਆਂ, ਜਦ ਆਰਟਰੀਜ਼ ਬਲੋਕ ਹੋ ਜਾਈ ਕੋਲੈਸਟਰੋਲ ਲੈਵਲ ਵੱਧ ਜਾਂਦਾ, ਕੋਲੈਸਟਰੋਲ ਹੋ ਕੇ ਵੱਧ ਕੇ ਤੁਹਾਡਾ ਕਦੀ ਵੀ ਤੁਹਾਡੀ ਮੌਤ ਹੋ ਸਕਦੀ ਹੈ। ਹਾਰਟ ਅਟੈਕ ਹੋ ਸਕਦਾ ਤੁਹਾਨੂੰ, ਤੁਹਾਡਾ ਬੀਪੀ ਵੀ ਫਲੈਕਚਰ ਹੋ ਸਕਦਾ, ਤੁਸੀਂ ਬੀਪੀ ਡਾਊਨ ਹੋ ਸਕਦਾ। ਫਰੈਂਡਸ, ਮੈਂ ਤੁਹਾਨੂੰ ਇਹ ਸਜੈਸਟ ਕਰੋ, ਜਲਦੀ ਲਓ, ਇੱਕ ਅੱਛਾ ਬ੍ਰਾਂਡ ਲਓ, ਐਬਸੋਲਿਊਟ ਨਿਊਟ੍ਰੀਸ਼ਨ ਜ਼ਰੂਰ ਟਰਾਈ ਕਰੋ, ਬਿਲੀਵ ਮੀ, ਤੁਹਾਨੂੰ ਰਿਜ਼ਲਟ ਮਿਲਣਗੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰਿਆ ਸਿੰਘ ਹੈ। ਮੇਰਾ ਨਾਮ ਪ੍ਰੀਤੀ ਸਿੰਘ ਹੈ। ਤੋ ਹਮ ਲੋਕ ਫਿਟਨੈਸ ਅਥਲੀਟ ਹੈ, ਕਾਫੀ ਸਾਲੋਂ ਸੇ ਫਿਟਨੈਸ ਇੰਡਸਟਰੀ ਮੇ ਹੈ, ਔਰ ਹਮ ਤੋ ਰੋਲਿੰਗਸ ਵੀ ਕਰ ਚੁੱਕੇ ਹੈ। ਹਮ ਲੋਕ ਸ਼ੁਰੂ ਸੇ ਹੀ ਅਲਟੀਮੇਟ ਡ੍ਰੀਮਰਸ ਕੇ ਸਾਥ ਜੁੜਾ ਹੈ, ਜਬ ਇਨਹੋਨੇ ਸ਼ੁਰੂ ਵੀ ਨਹੀਂ ਕੀਆ ਥਾ ਇਸ ਇੰਡਸਟਰੀ ਮੇ ਫਿਟਨੈਸ ਮੇ, ਕਿਉਂਕਿ ਇਨਕੀ ਫਾਰਮੇਸੀ ਹੈ, ਤੋ ਟ੍ਰਸਟ ਇਨਕੇ ਪਾਸ ਮੇਰਾ ਇੱਕ ਗਿਆ ਥਾ ਕਿ ਜੈਨੂਇਨ ਸਪਲੀਮੈਂਟਸ ਮਿਲੇਗੇ। ਜੋ ਸਪਲੀਮੈਂਟਸ ਹੋ ਕੇ ਬੋਡੀ ਬਿਲਡਿੰਗ ਲਈ ਲੋਕ ਯੂਜ਼ ਕਰਤੇ ਹੈ, ਬਾਹਰ ਆਪਕੋ ਵੇਖ ਮਿਲੇਗੇ, ਕਹੀਂ ਸੇ ਵੀ ਮਤ ਖਰੀਦੇ ਕਿ ਸੇਵਨ ਫਾਰਮੇਸੀ ਕੀ ਅਗਰ ਇੱਕ ਡਿਗਰੀ ਵੀ ਹੈ ਅਗਰ, तो आप सोच सकते हैं कि सप्लीमेंट्स में कितना जेन्युइन होगा। आप चाहो तो कभी भी हमारा इंस्टाग्राम पेज है, कहीं भी देख सकते हैं कि वी बोथ एक्चुअली प्रमोट दिस स्टोर, कि बाहर से कोई भी सप्लीमेंट ब्रांड फेक लेने के बाद अपनी बॉडी खराब करने से बेटर है कि अल्टीमेट स्टोर, जिनका मोरिंडा में नया स्टोर ओपन हुआ है, इनॉग्रेशन के लिए हम आए हैं, वहाँ आइए, जेन्युइन सप्लीमेंट्स मिलेंगे, अच्छे रेट पे मिलेंगे, जो भी सप्लीमेंट आपको चाहिए। थैंक यू।